अगर आपने हमारे YouTube चैनल को सब्सक्राइब नहीं किया है तो आपको सब्सक्राइब बटन दिख रहा है, आप इसको क्लिक कीजिए और सब्सक्राइब कर दीजिए, और साथ ही साथ बेल आइकन दिखाई दे रहा है आप इसको भी क्लिक कीजिए और इनेबल कर दीजिए, ताकि हम जब भी नई वीडियो अपलोड करें आपको उसकी नोटिफिकेशन मिल सके। ਸਾਰਿਆਂ ਨੂੰ ਜੈਮ ਸਿੱਧੀ ਪ੍ਰਭੂ ਯਿਸੂ ਮਸੀਹ ਵਿੱਚ ਤੁਹਾਨੂੰ ਸਭ ਨੂੰ ਬੜੀ ਬਰਕਤ ਅਤੇ ਆਸ਼ਿਸ਼ ਮਿਲੇ। ਔਰ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਪਾਕ ਰੂਹ ਔਰ ਬੇਟੇ ਦਾ ਕਿ ਜਿਨ੍ਹਾਂ ਦੀ ਬਦੌਲਤ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ। ਸ਼ੁਕਰਗੁਜ਼ਾਰ ਹਾਂ ਮੈਂ ਮਸੀਹ ਪਰਿਵਾਰ ਚੈਨਲ ਦਾ ਕਿ ਜੋ ਸਾਡੇ ਇੱਥੇ ਬੰਦਗੀ ਦੇ ਵਿੱਚ ਆਏ, ਜੋ ਅਸੀਂ ਹਰ ਸਾਲ ਇੱਕ ਫਸਲ ਦੇ ਪਹਿਲੇ ਫਲ ਦੇ ਮੁਤਾਬਕ ਇਹ ਇੱਕ ਇਬਾਦਤ ਕਰੀਦੀ ਆ, ਬੰਦਗੀ ਕਰੀਦੀ ਆ ਔਰ ਇਹ ਮੇਲਾ ਮਨਾਈਦਾ ਹੈ। ਸੋ ਮਸੀਹ ਪਰਿਵਾਰ ਦਾ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ। ਪਰਮੇਸ਼ੁਰ ਤੁਹਾਨੂੰ ਔਰ ਤੁਹਾਡੇ ਸਾਰੇ ਪਰਿਵਾਰਾਂ ਨੂੰ ਬੜੀ ਬਰਕਤ ਅਤੇ ਆਸ਼ੀਸ਼ ਦੇ, ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਦੇਖਣਾ ਹੈ ਉਹਨਾਂ ਨੂੰ ਬੜੀ ਬਰਕਤ ਅਤੇ ਆਸ਼ੀਸ਼ ਦੇ, ਔਰ ਪਰਮੇਸ਼ੁਰ ਆਉਣ ਵਾਲੇ ਸਮੇਂ 'ਚ ਤੁਹਾਨੂੰ ਸਭ ਨੂੰ ਸੰਭਾਲ ਕੇ ਰੱਖੇ। ਆਓ ਅਸੀਂ ਇੱਕ ਪ੍ਰਾਰਥਨਾ ਕਰਦੇ ਹਾਂ। ਸਵਰਗ ਵਿੱਚ ਰਹਿਣ ਵਾਲੇ ਪਿਤਾ ਪਰਮੇਸ਼ੁਰ, ਤੁਹਾਡਾ ਸ਼ੁਕਰ ਕਰਦੇ ਹਾਂ, ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਸਾਰਿਆਂ ਨੂੰ ਇਕੱਠੇ ਕੀਤਾ ਔਰ ਪਿਤਾ ਪਰਮੇਸ਼ੁਰ ਆਪਣੇ ਚਰਨਾਂ ਜਗ੍ਹਾ ਦਿੱਤੀ। ਇਸ ਮੇਲੇ ਵਿੱਚ ਖੁਦਾਵੰਦ ਤੇਰੇ ਬੱਚੇ ਮਸੀਹ ਪਰਿਵਾਰ ਦੇ ਮੈਂਬਰ ਵੀ ਖੁਦਾਵੰਦ ਆਏ, ਅਸੀਂ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਪਰਮੇਸ਼ੁਰ ਇਹਨਾਂ ਨੂੰ ਬੜੀ ਬਰਕਤ ਅਤੇ ਆਸ਼ੀਸ਼ ਦਿਓ। ਇਹਨਾਂ ਦੇ ਵਸੀਲੇ ਨਾਲ ਖੁਦਾਵੰਦ ਯਿਸੂ ਦਾ ਨਾਮ ਪੂਰੀ ਦੁਨੀਆ ਤੱਕ ਜਾਏ, ਬਹੁਤ ਸਾਰੇ ਲੋਕ ਜਾਣਨ ਕਿ ਪ੍ਰਭੂ ਯਿਸੂ ਮੁਕਤੀ ਦਾਤਾ ਆ ਔਰ ਉਹ ਪਾਪਾਂ ਨੂੰ ਮਾਫ਼ ਕਰਨ ਵਾਲਾ ਪ੍ਰਭੂ ਆ। ਪਿਤਾ ਪਰਮੇਸ਼ੁਰ ਆਉਣ ਵਾਲੇ ਸਮੇਂ ਸੰਭਾਲ ਕੇ ਰੱਖਿਓ, ਸਭ ਨੂੰ ਬੜੀ ਬਰਕਤ ਅਤੇ ਆਸ਼ੀਸ਼ ਦਿਓ ਯਿਸੂ ਮਸੀਹ ਕੇ ਨਾਮ ਸੇ, ਆਮੀਨ।